ਕਹਾਣੀ ਦਾ ਸਰਨਾਮਾ ਹੈ ਮੁਰਾਦਾਂ। ਦੋ ਕੌਲਿਆਂ ਦਾ ਬਰਾਂਡਾ, ਪਿੱਛੇ ਕੋਠੜੀ, ਅੱਗੇ ਬਣਿਆ ਇੱਕ ਨਿੱਕਾ ਜਿਹਾ ਬੂਹਾ, ਦੋ ਬੀਤੀਆਂ, ਸਰਦਲ ਉੱਚੀ, ਮੁਹਾਠ ਨੀਵੀਂ, ਜਿਸ ਕਿਸੇ ਵੀ ਲੰਘਣਾ ਸਿਰ ਨੀਵਾਂ ਕਰਕੇ ਪਹਿਲਾਂ ਇੱਕ ਪੈਰ ਟਪਾਉਣਾ ਤੇ ਫਿਰ ਦੂਜਾ। ਇਹ ਵੀ ਇੱਕ ਕੋਠੜੀ, ਪਹਿਲੀ ਜੁੜੀ ਹੋਈ, ਸੱਜੇ ਖੱਬੇ ਦੋ ਮੰਜੀਆਂ ਵਿਛੀਆਂ ਹੋਈਆਂ, ਸੋਹਣੀਆਂ ਖੇਸਾਂ ਚਾਦਰਾਂ ਵਾਲੀਆਂ। ਖੱਬੀ ਮੰਜੀ ਦੇ ਸਰਾਣੇ ਇੱਕ ਪੇਟੀ, ਮੰਜੀ ਦੇ ਸੇਰੂ ਤੋਂ ਕੁਝ ਵੱਡੀ, ਉੱਤੇ ਟੀਨ ਦੇ ਦੋ ਬਕਸੇ, ਸਭ ਤੇ ਲੈਸ ਲੱਗੇ ਕੱਪੜੇ ਪੈ। ਟਰੰਕਾਂ ਤੋਂ ਪਿੱਛੇ ਕੁਝ ਉੱਤੇ ਕਰਕੇ ਇੱਕ ਛੋਟੇ ਜਿਹੇ ਫਰੇਮ ਵਿੱਚ ਕੋਈ ਫਿੱਕੀ ਪੈ ਗਈ ਹੋਈ ਚਿੱਟੀ ਕਾਲੀ ਮੂਰਤ ਵਿਖਾਲੀ ਦਿੰਦੀ, ਤੇ ਉਹਦੇ ਨਾਲ ਕਿੱਲ ਉੱਤੇ ਇੱਕ ਰੋਜ਼ਰੀ ਟੰਗੀ ਹੋਈ, ਜਿਹਦੇ ਨਾਲ ਸਲੀਬ ਸੀ, ਤੇ ਸਲੀਬ ਉੱਤੇ ਟੰਗਿਆ ਇੱਕ ਬੰਦਾ ਜਿਹਦੇ ਸਿਰ ਦੇ ਉੱਤੇ ਕੰਡਿਆਂ ਦੀਆਂ ਤਾਰਾਂ, ਲੱਕ ਮੋਟਾ ਸਾਰਾ ਕੋ ਕੱਪੜਾ ਲੰਗੋਟ ਜਿੰਨੀ ਥਾਂ ਉੱਤੇ, ਉਹਦੇ ਪੈਰ ਇੱਕ ਦੂਜੇ ਉੱਤੇ ਇੱਕ ਮੋਟੇ ਸਾਰੇ ਕਿੱਲ ਨਾਲ ਠੁੱਕੇ ਹੋਏ ਸਨ। ਇੰਜੀ ਉਹਦੀਆਂ ਦੋਵੇਂ ਬਾਹਾਂ ਸਲੀਬ ਦੇ ਚੌੜੇ ਦਾ ਵਾਲੇ ਸਲੀਬ ਦੀ ਚੌੜੇ ਦਾ ਵਾਲੀ ਲੱਕੜ ਉੱਤੇ ਬੰਨੀਆਂ ਹੋਈਆਂ ਸਨ, ਤੇ ਹੱਥਾਂ ਦੀਆਂ ਤਲੀਆਂ ਵਿੱਚ ਵੀ ਮੇਖਾਂ ਠੁੱਕੀਆਂ ਹੋਈਆਂ ਸਨ। ਇਹ ਸਾਰੀ ਮੂਰਤ ਥਲੜੀ ਧਾਤ ਵਿੱਚੋਂ ਬੜੀ ਕਲਾ ਨਾਲ ਉਕਰੀ ਹੋਈ ਸੀ, ਤੇ ਚਿਹਰੇ ਮੋਹਰੇ ਤੋਂ ਲੈ ਕੇ ਵਜੂਦ ਦੀ ਇੱਕ ਇੱਕ ਅੰਗ ਸੀ ਜਿਵੇਂ ਅਸਲੀ ਹੋਵੇ। ਅੱਖਾਂ ਵਿੱਚ ਡੇਲੇ ਤਿੱਕਰ ਦਿਸਦੇ ਸਨ, ਭਾਵੇਂ ਉਹਨਾਂ ਵਿੱਚ ਚਾਨਣ ਤਾਂ ਨਹੀਂ ਸੀ, ਪਰ ਫਿਰ ਵੀ ਉਹ ਵੇਖਦੇ ਨਜ਼ਰੀ ਆਉਂਦੇ ਸਨ। ਦੂਰ ਬਹੁਤ ਦੂਰ ਖਬਰੇ ਬੀਤੇ ਵਿੱਚ ਕੇ ਅੱਜ ਵਿੱਚ ਕੇ ਪਲਕ ਵਿੱਚ, ਜਾਂ ਸਮਝ ਲਓ ਤਿੰਨਾਂ ਯੁੱਗਾਂ ਵਿੱਚ ਹੀ। ਇਸ ਕੋਠੜੀ ਦਾ ਬੂਹਾ ਪੂਰੇ ਬੂਹੇ ਜਿੱਡਾ ਹੀ ਸੀ, ਤੇ ਇੱਕ ਛੋਟੀ ਜਿਹੀ ਵਿਹੜੀ ਨੂੰ ਹਰ ਵੇਲੇ ਖੁੱਲਿਆ ਹੀ ਰਹਿੰਦਾ ਸੀ। ਵਿਹੜੀ ਫਟਿਆਂ ਨਾਲ ਛੱਤੀ ਹੋਈ ਸੀ, ਸਾਹਮਣੇ ਅੰਗੀਠੀ ਸੀ, ਥੱਲੇ ਦੋ ਕੇ ਤਿੰਨ ਚੁੱਲੇ ਬਣੇ ਹੋਏ ਸਨ, ਤਿੰਨਾਂ ਵਿੱਚ ਹਰ ਵੇਲੇ ਅੱਗ ਬਲਦੀ ਰਹਿੰਦੀ ਸੀ, ਤੇ ਕੋਈ ਦੇਗਚੀਆਂ ਉੱਤੇ ਚੜੀਆਂ ਰਹਿੰਦੀਆਂ ਸਨ। ਇੱਕ ਦੇਗਚੀ ਤੇ ਦੁੱਧ ਦੀ ਹੁੰਦੀ ਸੀ, ਥੱਲੇ ਮੱਠੀ ਮੱਠੀ ਆਂਚ ਹੁੰਦੀ, ਦੂਜੀ ਦੇਗਚੀ ਚਾਹ ਦੀ ਹੁੰਦੀ ਸੀ। ਅੱਗੇ ਪੀੜੀਆਂ ਚੌਂਕੀਆਂ ਪਈਆਂ ਰਹਿੰਦੀਆਂ, ਖੱਬੇ ਹੱਥ ਗਲੀ ਵਿੱਚ ਖੁੱਲਦਾ ਬੂਹਾ ਸੀ ਜਿਹਨੂੰ ਕੁੰਡੀ ਚੜੀ ਰਹਿੰਦੀ। ਦਿਨ ਵਿੱਚ ਇਹ ਕੁੰਡੀ ਦੋ ਕੁ ਵਾਰੀ ਖੁੱਲਦੀ ਵੀ ਸੀ ਲਾਜ਼ਮੀ, ਇੱਕ ਵਾਰੀ ਉਦੋਂ ਜਦੋਂ ਜਮਾਦਾਰ ਨੇ ਨਿਆਉਣਾ ਕੋਠਾ ਲਾਉਣ ਲਈ, ਤੇ ਦੂਜੀ ਵਾਰੀ ਜਦੋਂ ਸਾਨ ਨੇ ਆ ਕੇ ਬੂਹੇ ਨਾਲ ਸਿਰ ਖੁਰਕ ਕੇ ਆਪਣੇ ਆਵਣ ਦੀ ਖਬਰ ਕਰਨੀ, ਤੇ ਫਿਰ ਫੁਰਕੜੇ ਮਾਰਦਿਆਂ ਗਲੀ ਵਿੱਚ ਹੀ ਬਹਿ ਜਾਣਾ। ਗਲੀ ਪਹਿਲਾਂ ਹੀ ਬੜੀ ਸੌੜੀ ਸੀ, ਮਾਲੀ ਸਾਨ ਦੇ ਬਹਿ ਜਾਣ ਨਾਲ ਉਕਾਈ ਆਉਣ ਜਾਣ ਦਾ ਰਾਹ ਨਾ ਬਚਣਾ। ਪੈਦਲ ਵਾਲਿਆਂ ਨੇ ਸਾਹਮਣੀ ਕੰਧ ਨਾਲ ਵਗਦੀ ਬਾਣੀ ਦੇ ਕੰਢਿਆਂ ਉੱਤੇ ਪੈਰ ਧਰਦਿਆਂ ਅਡੋਲ ਲੰਘ ਜਾਣਾ, ਬਹੁਤਾ ਹੋਣਾ ਤਾਂ ਨਾਲ ਕੰਧ ਨੂੰ ਹੱਥ ਪਾ ਲੈਣਾ ਸਾਈਕਲਾਂ ਵਾਲਿਆਂ ਨੂੰ ਮੁਸੀਬਤ ਬਣਦੀ, ਸਾਈਕਲ ਚੁੱਕ ਕੇ ਬਾਣੀ ਦੇ ਪਤਲੇ ਕੰਢੇ ਉੱਤੇ ਪੈਰ ਧਰ ਕੇ ਲੰਘਣਾ ਪੈਂਦਾ। ਸਾਨ ਸਾਰਾ ਦਿਨ ਸ਼ਹਿਰ ਵਿੱਚ ਖੁੱਲਾ ਫਿਰਦਾ ਸੀ, ਭਾਵੇਂ ਆਖਦਾ ਤੇ ਕਿਸੇ ਨੂੰ ਵੀ ਕੁਝ ਨਹੀਂ ਸੀ, ਪਰ ਉਹਦੇ ਡੀਲ ਡੌਲ ਸਿੰਘਾਂ ਗੁੰਮਟ ਤੇ ਸਿਰ ਮੂੰਹ ਨੂੰ ਵੇਖ ਕੇ ਤਰਾਹ ਜ਼ਰੂਰ ਨਿਕਲ ਜਾਂਦਾ ਸੀ। ਕਦੀ ਕਦੀ ਕਿਸੇ ਛੇੜਨਾ ਸ਼ਿਸ਼ਕਾਰਨਾ ਤਾਂ ਇਹਨੇ ਤਾਹ ਵਿੱਚ ਆ ਕੇ ਸਿਰ ਨੀਵਾਂ ਕਰਕੇ ਖੌਰੂ ਵੀ ਮਾਰਨ ਲੱਗ ਪੈਣਾ, ਅਗਲੇ ਖੁਰਾਂ ਨਾਲ ਪਿੱਛੇ ਵੀ ਪੈ ਜਾਣਾ। ਸਾਨ ਨੇ ਬੂਹੇ ਦੇ ਧਾਕਾਂ ਨਾਲ ਸਿਰ ਕਸਰਾ ਕੇ ਮੂੰਹ ਬੂਹੇ ਦੀ ਪੌੜੀ ਉੱਤੇ ਧਰ ਕੇ ਅੱਖਾਂ ਮੀਟ ਲੈਣੀਆਂ ਤੇ ਉਗਾਲੀ ਹੌਲੀ ਕਰ ਦੇਣੀ। ਉਸ ਵੇਲੇ ਬੂਹੇ ਦੀ ਅੰਦਰੋਂ ਕੁੰਡੀ ਖੁੱਲਦੀ
ਉਹ ਉਂਝੇ ਪੌੜੀ ਉੱਤੇ ਮੂੰਹ ਧਰੀ ਰੱਖਦਾ। ਆ ਗਿਆ ਭੋਲਾ ਨਾਥ ਮੇਰਾ, ਪਿਆਰ ਤੇ ਲਾਡ ਨਾਲ ਭਿੱਜੀ ਸੋਹਣੀ ਨਰਮ ਆਵਾਜ਼ ਉੱਭਰਨੀ। ਭੋਲੇ ਨਾਥ ਨੇ ਅੱਖਾਂ ਖੋਲਣੀਆਂ, ਮਾੜਾ ਜਿਹਾ ਕੰਨ ਹਿਲਾਣੇ ਤੇ ਬਾਜ ਵਾਲੀ ਲਾਮੇ ਤੱਕਣਾ। ਇਹ ਅੰਮਾ ਮੁਰਾਦਾਂ ਸੀ। ਕਹਿੰਦੇ ਕਹਿੰਦੀ ਸੋਨੇ ਦੀਆਂ ਡਲਕਾਂ ਮਾਰਦੀ ਵੱਡੀ ਸਾਰੀ ਥਾਲੀ ਉਹਦੇ ਹੱਥ ਵਿਚ, ਜਿਹਦੇ ਵਿਚ ਉਹਨੇ ਛਾਣ ਦੀਆਂ ਗੁੱਲੀਆਂ ਪਕਾ ਕੇ ਤਰੀਆਂ ਹੁੰਦੀਆਂ ਸਨ ਕਿਧਰੇ ਸਵੇਰ ਵੇਲੇ ਦੀਆਂ। ਅੰਮਾ ਮੁਰਾਦਾਂ ਦਲੀਤ ਤੇ ਬਹਿ ਜਾਣਾ ਪੌੜੀ ਉੱਤੇ ਪੈਰ ਧਰ ਕੇ। ਭੋਲੇ ਨਾਥ ਨੇ ਬੂਥੀ ਚੁੱਕਣੀ ਤੇ ਅੰਮਾ ਦੀ ਝੋਲੀ ਵਿਚ ਧਰ ਦੇਣੀ, ਸਗਮੀ ਜਿਵੇਂ ਪੁੱਤ ਮਾਵਾਂ ਦੀ ਝੋਲੀ ਵਿਚ ਸਿਰ ਰੱਖ ਦਿੰਦੇ ਨੇ। ਅੰਮਾ ਨੇ ਇਕ ਹੱਥ ਉਹਦੇ ਮੂੰਹ ਤੇ ਫੇਰਨਾ, ਨਾਲ ਕੱਪੜਾ ਲਿਆਂਦਾ ਹੁੰਦਾ ਉਹਦੇ ਨਾਲ ਮੋਟੀਆਂ ਮੋਟੀਆਂ ਕਾਲੀਆਂ ਅੱਖਾਂ ਵਿਚੋਂ ਵਗਦਾ ਪਾਣੀ ਪੂੰਝਣਾ ਤੇ ਫਿਰ ਉਹਨੂੰ ਗੁੱਲੀਆਂ ਚਾਰਨੀਆਂ ਇੱਕ ਇੱਕ ਕਰਕੇ। ਭੋਲੇ ਨਾਥ ਨੇ ਪਹਿਲਾਂ ਜਿਬ ਕੱਢ ਕੇ ਅੰਮਾ ਮੁਰਾਦਾਂ ਦਾ ਹੱਥ ਚੱਟਣਾ, ਸਗੋਂ ਚੱਟੀ ਜਾਣਾ ਗੁੱਲੀ ਨੂੰ ਫੜਨ ਦੀ ਥਾਂ। ਮੁਰਾਦਾਂ ਉਹਦੇ ਨਾਲ ਗੱਲਾਂ ਕਰਨੀਆਂ, ਭੋਲੇ ਨਾਥਾ ਰੋਟੀ ਵੀ ਦਿਖਾ ਮੇਰਾ ਪੁੱਤਰ, ਭੁੱਖ ਨੀ ਲੱਗੀ ਹੋਈ ਮੇਰੇ ਹੀਰੇ ਨੂੰ। ਨਾਲ ਅੰਮਾ ਦੂਜੇ ਹੱਥ ਨਾਲ ਉਹਦੀ ਬੂਥੀ ਨੂੰ ਪਲੋਸਦੀ। ਭੋਲੇ ਨਾਥ ਨੇ ਜਿਵੇਂ ਖੁਸ਼ ਹੋ ਕੇ ਅੰਮਾ ਦੇ ਹੱਥ ਨਾਲ ਭੋਲੀ ਜਿਹੀ ਧੂਸ ਦੇਣੀ, ਫਿਰ ਢਿੱਲਾ ਪੈ ਜਾਣਾ। ਲੈ ਖਾ ਮੇਰਾ ਪੁੱਤਰ, ਵੇਖ ਕੇ ਦੱਸ ਮੈਨੂੰ ਸਵਾਦੀ ਵੀ ਏ ਕਿ ਨਹੀਂ, ਨਾ ਹੋਈ ਤਾਂ ਮੈਂ ਤੈਨੂੰ ਹੋਰ ਬਣਾ ਦਿਆਂਗੀ ਹੁਣੇ। ਤੇ ਭੋਲੇ ਨਾਥ ਨੇ ਅੰਮਾ ਮੁਰਾਦਾਂ ਦੇ ਹੱਥੋਂ ਛਾਣ ਬੂਰੇ ਦੀ ਗੁੱਲੀ ਲੈ ਲੈਣੀ ਤੇ ਮਾੜੀ ਮਾੜੀ ਚੱਥਣ ਲੱਗ ਪੈਣੀ। ਉਸ ਵੇਲੇ ਮੁਰਾਦਾਂ ਦਾ ਮੂੰਹ ਵੇਖਣ ਵਾਲਾ ਹੁੰਦਾ, ਉਹਦੇ ਮੁਖੜੇ ਦੀ ਨਰਮੈਸ਼ ਵਿਚ ਕੋਈ ਦੀਵੇ ਜਗਣ ਲੱਗ ਪੈਂਦੇ, ਅੱਖਾਂ ਵਿਚ ਇਕ ਬੇਨਾਮੇ ਪਿਆਰ ਦੀਆਂ ਛੱਲਾਂ ਉੱਠਣ ਲੱਗ ਪੈਂਦੀਆਂ, ਉਹਦੀ ਚਾਦਰ ਸਿਰ ਤੋਂ ਟਲਕ ਜਾਂਦੀ ਤੇ ਚਾਂਦੀ ਦੀਆਂ ਲਿਟਾਂ ਮਖਾਲੀ ਦੇਣ ਲੱਗ ਪੈਂਦੀਆਂ। ਉਸ ਵੇਲੇ ਮੁਰਾਦਾਂ ਦੇ ਨੱਕ ਦਾ ਕੋਕਾ ਸੂਰਜ ਵਾਂਗ ਡਲਕਾ ਮਾਰਦਾ, ਬਾਹਾਂ ਵਿਚ ਮੁਰਾਦਾਂ ਦੀਆਂ ਬਾਹਾਂ ਵਿਚ ਮੁਰਾਦਾਂ ਦੀਆਂ ਇਕ ਇਕ ਚੂੜੀ ਸੀ ਚਾਂਦੀ ਦੀ, ਉਹ ਏਡੀਆਂ ਸੋਹਣੀਆਂ ਹੋ ਜਾਂਦੀਆਂ ਕਿ ਰਹਿ ਰੱਬ ਦਾ ਨਾਂ ਸੁਣ ਉਹਨਾਂ ਦਾ ਤੇ ਕੋਈ ਭੋਲੇ ਨਾਥ ਜਿਹਾ ਬਾਲ ਹੀ ਵੇਖ ਸਕਦਾ ਸੀ। ਭੋਲੇ ਨਾਥ ਗਊਸ਼ਾਲਾ ਦਾ ਵੱਛਾ ਸੀ, ਸੱਜਰ ਜੰਮਿਆ ਕੁਝ ਹੀ ਦਿਨਾਂ ਦਾ, 47 ਚੜਿਆ ਆਇਆ ਸੀ। ਸ਼ਹਿਰ ਵਿਚ ਹਰ ਪਾਸੇ ਮਾੜੀ ਪਾਖਿਆ ਦੇ ਚੱਕੜ ਪੈ ਚੁਲਦੇ ਸਨ, 91 ਲੱਗੀ ਪਈ ਸੀ। ਹਰ ਕੋਈ ਉਪਰਾ ਉਪਰਾ ਹੋ ਕੇ ਕਿਸੇ ਹੋਰ ਅਪਨੈਤ ਦੇ, ਜਿਹੜੀ ਅਪਨੈਤ ਨਹੀਂ ਸੀ ਉਹ ਪ੍ਰੇਤ ਜ਼ਰੂਰ ਸੀ, ਦੇ ਲੜ ਲੱਗਣ ਦਾ ਯਤਨ ਪਿਆ ਕਰਦਾ ਸੀ, ਪਰ ਉਹ ਅਪਨੈਤ ਦੀ ਥਾਂ ਮੰਨਣ ਵਾਲੀ ਉਪਰੈਤ ਜਿਵੇਂ ਕਿਸੇ ਨੂੰ ਵੀ ਆਪਣੇ ਵਿਚ ਰਸਾਂਦੀ ਨਹੀਂ ਸੀ ਪਈ। ਇਹਦੇ ਲਈ ਲੋਕਾਂ ਨੂੰ ਕੋਈ ਹੋਰ ਹੀ ਰੰਗ ਦੀਆਂ ਗੱਲਾਂ ਦਾ ਸਹਾਰਾ ਲੈਣਾ ਪੈਂਦਾ ਸੀ, ਮੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਆਰਾਮ ਨਾਲ ਮੂੰਹੋਂ ਨਹੀਂ ਸਨ ਨਿਕਲਦੀਆਂ, ਰਗਾਂ ਫੁਲਾ ਕੇ ਮੁੱਕੇ ਵੱਟ ਕੇ ਬਾਹਾਂ ਉੱਚੀਆਂ ਕਰਕੇ ਬੋਲਣੀਆਂ ਪੈਂਦੀਆਂ ਸਨ, ਜਾਂ ਅਸਲੋਂ ਕੰਨਾਂ ਨਾਲ ਮੂੰਹ ਜੁੜ ਜਾਂਦੇ ਸਨ ਕੋਈ ਅਣਸੁਖਾਵੀਆਂ ਕਰਨ ਨੂੰ। ਸ਼ਹਿਰ ਵਿਚ ਮਿਲਟਰੀ ਆ ਗਈ ਹੋਈ ਸੀ, ਬਲੋਚੀ ਆਖਦੇ ਸਨ, ਡੋਗਰਾ ਨਹੀਂ ਸੀ। ਸੁਣਿਆ ਵੱਡੇ ਵੱਡੇ ਮੁਸਲਮਾਨਾਂ ਨੂੰ ਅਫਸਰਾਂ ਨੇ ਸੱਦਿਆ, ਸ਼ਹਿਰ ਵਿਚ ਸੁਮ ਸਮਾਟ ਫਿਰ ਗਈ। ਹੋਰ ਤੇ ਹੋਰ ਕਿਧਰੋਂ ਪੱਖੀ ਪਖੇਰੂ ਵੀ ਚੁਰਕਦੇ ਕੰਨੀ ਨਾ ਪੈਂਦੇ ਤੇ ਫਿਰ ਸ਼ਹਿਰ ਵਿਚ ਪਹਿਲੀ ਗੋਲੀ ਚੱਲੀ। ਲਛਮਣ ਰਾਮ ਹੁੰਦਾ ਸੀ ਹੱਟੀ ਵਾਲਾ, ਉਹ ਗੱਦੀ ਤੇ ਬੈਠਾ ਬੈਠਾ ਮੂੰਦਲੇ ਮੂੰਹ ਜਾ ਪਿਆ, ਕੰਡ ਉਹਦੀ ਵਿਚ ਮਗੋਰ ਪੈ ਗਿਆ ਹੋਇਆ ਸੀ ਤੇ ਸ਼ਹਿਰ ਵਿਚ ਅੱਗਾਂ ਲੱਗਣ ਲੱਗ ਪਈਆਂ। ਟੋਲਿਆਂ ਦੇ ਟੋਲੇ ਘਰਾਂ ਚ ਵੜ ਵੜ ਕੇ ਵੱਢ ਟੁੱਕ ਕਰਨ ਤੇ ਚੁੱਗੇ ਲੁੱਟਣ ਲੱਗ ਪਏ। ਸਭ ਇਕ ਦੂਜੇ ਦੇ ਜਾਣੂ ਸਨ, ਸਾਂਝ ਕੋਈ ਵਰਿਆਂ ਦੀ ਨਹੀਂ ਸੀ ਸਗੋਂ ਉਮਰਾਂ ਦੀ ਸੀ, ਜੱਦਾਂ ਪੁਸ਼ਤਾਂ ਦੀ। ਖਬਰੇ ਇਸ ਗੱਲ ਤੋਂ ਟੋਲਿਆਂ ਨੇ ਮੂੰਹਾਂ ਉੱਤੇ ਠਾਠੇ ਮਾਰ ਲਿਆ ਸਨ ਵੀ ਕਿਧਰੇ ਵੇਖੇ ਨਾ ਜਾਣ, ਪਛਾਣੇ ਨਾ ਜਾਣ। ਇਹੋ ਜਿਹੇ ਵੀ ਬੇਅੰਤ ਸਨ ਜਿਨ੍ਹਾਂ ਇਸ ਖੇਚਲ ਦੀ ਵੀ ਲੋੜ ਨਾ ਜਾਣੀ, ਉਹ ਕਈ ਲੋਈ ਲਾ ਛੱਡੀ। ਬੱਚੇ ਬੁੱਢੇ ਜਨਾਨੀਆਂ ਬੰਦੇ ਛੁਰਿਆਂ ਕੁਹਾੜਿਆਂ ਛਵੀਆਂ ਤਲਵਾਰਾਂ ਟਕਵਿਆਂ ਤੇ ਗੋਲੀਆਂ ਦੀ ਧਾਰ ਉੱਤੇ
ਅਵਾਂ ਦੇ ਔ ਲੈ ਗਏ। ਜਵਾਨ ਕੁੜੀਆਂ ਨੂੰਹਾਂ ਨਨਾਣਾਂ ਚੁੱਕੀਆਂ ਗਈਆਂ, ਸ਼ਹਿਰ ਤੇ ਧੂੰ ਦੇ ਬੱਦਲ ਫਿਰ ਗਏ, ਅੱਗ ਦੀਆਂ ਲੰਬਾਂ ਦਾ ਪਹਿਰਾ ਹੋ ਗਿਆ, ਚੀਕ ਪੁਕਾਰ ਨਾਲ ਕੰਨ ਪਾਟਣ ਲੱਗ ਪਏ ਤੇ ਸਮਾਨ ਇੱਲਾਂ ਕਾਵਾਂ ਤੇ ਗਿਰਜਾਂ ਨਾਲ ਕਾਲਾ ਹੋ ਗਿਆ, ਥੱਲੇ ਕੁੱਤਿਆਂ ਦੇ ਵੱਗ ਫਿਰਨ ਲੱਗ ਪਏ। ਉਦੋਂ ਹੀ ਭੋਲਾ ਨਾਥ ਲੱਭਾ ਮੁਰਾਦਾਂ ਨੂੰ, ਗਊਸ਼ਾਲੇ ਤੋਂ ਬਚ ਕੇ ਸੁੱਕੀ ਰਜਬਾਹ ਦੀ ਬਹਿ ਗਈ ਹੋਈ ਪੁਲੀ ਥੱਲੇ ਫਸਿਆ। ਅੰਮਾ ਨਿੱਕੇ ਨਿੱਕੇ ਵੈਣ ਪਾਉਂਦੀ, ਕੀਰਨੇ ਕੱਢਦੀ, ਉਸ ਉਜਾੜ ਪਾਸਿਓ ਲੰਘੀ ਤਾਂ ਇਹਦਾ ਧਿਆਨ ਪੈ ਗਿਆ। ਕੰਨੀ ਇਹਦਿਆਂ ਵਿਚ ਭੋਲੇ ਨਾਥ ਦੀ ਨਿੱਕੀ ਨਿੱਕੀ ਆਵਾਜ਼ ਪਈ, ਜਿਵੇਂ ਰੋਂਦਾ ਪਿਆ ਹੋਵੇ। ਮੁਰਾਦਾਂ ਰੇਤ ਵਿਚ ਵੜ ਗਈ ਤੇ ਬੜੇ ਜਤਨਾਂ ਨਾਲ ਭੋਲੇ ਨਾਥ ਨੂੰ ਕੱਢ ਲਿਓ ਸੂ, ਚਿੱਕੜੋ ਚਿੱਕੜ ਹੋਏ ਹੋਏ ਨੂੰ। ਪੁਲੀ ਥੱਲੇ ਖਬਰੇ ਕਦੋਂ ਦਾ ਪਾਣੀ ਖਲਾ ਸੀ, ਮੁਰਾਦਾਂ ਵਾਹਵਾ ਤਗੜੀ ਸੀ। ਬਾਬੇ ਦੇ ਗੱਲ ਚਾਦਰ ਪਾ ਕੇ ਤਰੂ ਖੜਨ ਤੇ ਉਹਦਾ ਦਿਲ ਨਾ ਕੀਤਾ। ਉਹਨੇ ਧੌਣ ਤੇ ਪਿਛਲੇ ਪਾਸੇ ਬਾਹਵਾਂ ਧਰ ਕੇ ਉਹਨੂੰ ਚੁੱਕ ਲਿਆ ਤੇ ਘਰ ਲੈ ਆਈ। ਨਵਾਇਆ ਧੁਆਇਆ, ਖੁਰੇ ਵਿਚ ਲੋਟੀ ਵਿਚ ਕੋਸਾ ਕੋਸਾ ਦੁੱਧ ਪਾ ਕੇ ਨਿਪਲ ਨਾਲ ਚੁੰਘਾਇਆ ਤੇ ਭੋਲਾ ਨਾਥ ਬਚ ਗਿਆ। ਮੁਰਾਦਾਂ ਉਹਦੇ ਗਲ ਵਿਚ ਨੀਲੇ ਮਣਕਿਆਂ ਦੀ ਗਾਨੀ ਪਾ ਛੱਡੀ, ਰੱਸੀ ਉਕਾ ਨਾ ਪਾਈ ਤੇ ਨਾ ਕਿਧਰੇ ਬੰਨੇ ਆ। ਉਹ ਸਾਰਾ ਦਿਨ ਅੰਮਾ ਦੇ ਨਾਲ ਨਾਲ ਹੀ ਰਹਿੰਦਾ। ਇੱਕ ਮਾਣੋ, ਇੱਕ ਤੋਤਾ, ਇੱਕ ਨਿੱਕਾ ਜਿਹਾ ਗੁੱਲਰ, ਕੁੱਕੜੀ ਕੁੱਕੜ ਤੇ ਉਹਨਾਂ ਦੇ ਚੂਚੇ ਪਹਿਲਾਂ ਹੀ ਉੱਥੇ ਸਨ। ਸਭ ਨਾਲ ਮੁਰਾਦਾਂ ਦੀਆਂ ਗੱਲਾਂ ਹੁੰਦੀਆਂ ਸਨ। ਹੋਰ ਤੇ ਹੋਰ ਬਾਹਰ ਬਰਾਂਡੇ ਚ ਬੱਕਰੀ ਵੀ ਸੀ, ਦੋ ਮੇਮਣਿਆਂ ਵਾਲੀ। ਅੰਮਾ ਉਹਨਾਂ ਮੇਮਣਿਆਂ ਨੂੰ ਵੀ ਚੁੱਕ ਲਿਆਂਦੀ ਸੀ, ਅੰਦਰ ਤੇ ਝੋਲੀ ਚ ਬਾ ਕੇ ਬੋਤਲ ਨਾਲ ਦੁੱਧ ਪਿਆਂਦੀ ਸੀ। ਸਾਰੇ ਬੱਚੇ ਮੁਰਾਦਾਂ ਦੇ ਆਖੇ ਲੱਗਦੇ ਸਨ, ਉਹਦੀ ਬੋਲੀ ਸਮਝਦੇ ਸਨ। ਤੋਤਾ ਤੇ ਫਿਰ ਅੱਗੋਂ ਅੱਛਾ ਅੱਛਾ ਅੰਮਾ ਅੱਛਾ ਅੰਮਾ ਵੀ ਆਖਦਾ ਹੁੰਦਾ ਸੀ। ਸਭ ਨਾਲ ਮੁਰਾਦਾਂ ਦੇ ਲਾਡ ਵੇਖਣ ਵਾਲੇ ਹੁੰਦੇ ਸਨ, ਸਭ ਦੇ ਖਾਣ ਪੀਣ ਦਾ ਖਿਆਲ ਰੱਖਿਆ ਜਾਂਦਾ ਸੀ। ਤੋਤੇ ਨੂੰ ਚੂਰੀ ਤੇ ਫਲ ਮਿਲਦੇ ਸਨ, ਮਾਣੋ ਤੇ ਗੁੱਲਰ ਨੂੰ ਉਬਲੇ ਹੋਏ ਛਿਛੜੇ ਤੇ ਦੁੱਧ ਨਾਲ ਕਦੀ ਕਦੀ ਅੱਧ ਪੁੱਜਿਆ ਕੀਮਾ ਵੀ, ਬੱਕਰੀ ਨੂੰ ਤੂੜੀ ਵੰਡਾ, ਕੁੱਕੜੀ ਨੂੰ ਚੀਣਾ ਤੇ ਨਾਲ ਗੁੱਜੇ ਆਟੇ ਦੀਆਂ ਪੌਣੀਆਂ। ਭੋਲੇ ਨਾਥ ਨੂੰ ਕਿਸੇ ਕਿਸੇ ਵੇਲੇ ਉੱਤੇ ਕੋਠੇ ਤੇ ਵੀ ਛੱਡ ਦਿੱਤਾ ਜਾਂਦਾ ਸੀ, ਸਾਰੇ ਪਾਸੇ ਢਲਾਣਾ ਅੱਗੇ ਫੱਟੇ ਤਰ ਕੇ। ਮੁਰਾਦਾਂ ਦੇ ਬੰਦੇ ਦਾ ਨਾਂ ਮਿਸਤਰੀ ਸੀ, ਸ਼ਹਿਰ ਸਬਜ਼ੀ ਦਾ ਕੰਮ ਕਰਦਾ ਸੀ ਛੋਟੇ ਗੋਸ਼ਤ ਦੀ ਮਾਰਕੀਟ ਦੇ ਬਾਹਰ।